ਵਿਊ ਫਾਰ ਨਿਊਜ਼ ਪੇਸ਼ ਕਰ ਰਿਹਾ ਹੈ ਪੰਜਾਬੀ ਖਬਰਾਂ। ਪੱਤਰਕਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣ, ਇਸ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਸਮੂਹ ਪੱਤਰਕਾਰ ਸੰਘ ਰਜਿਸਟਰ ਪੰਜਾਬ ਵੱਲੋਂ ਹੁਸ਼ਿਆਰਪੁਰ ਦੇ PWD ਰੈਸਟ ਹਾਊਸ ਵਿਖੇ ਕੀਤੀ ਗਈ। ਇਸ ਮੌਕੇ ਸਮੂਹ ਪੱਤਰਕਾਰਾਂ ਨੇ ਵਿਚਾਰ ਵਟਾਂਦਰਾ ਕੀਤਾ ਕਿ ਪੰਜਾਬ ਸਰਕਾਰ ਸੀਨੀਅਰ ਪੱਤਰਕਾਰਾਂ ਨੂੰ ਘੱਟੋ ਘੱਟ 15,000 ਰੁਪਏ ਪੈਨਸ਼ਨ ਦੇਵੇ, ਜਿਨ੍ਹਾਂ ਨੂੰ ਤਕਰੀਬਨ 15 ਤੋਂ 20 ਸਾਲ ਪੱਤਰਕਾਰਤਾ ਕਰਦੇ ਹੋ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਵਾਂਗ ਸਿਵਲ ਹਸਪਤਾਲਾਂ ਵਿੱਚ ਲੱਗਣ ਵਾਲੀ 10 ਰੁਪਏ ਵਾਲੀ ਪਰਚੀ ਮਾਫ਼ ਕੀਤੀ ਜਾਵੇ ਤਾਂ ਕਿ ਪੱਤਰਕਾਰ ਆਪਣਾ ਇਲਾਜ ਮੁਫ਼ਤ ਕਰਾ ਸਕਣ। ਇਸ ਤੋਂ ਇਲਾਵਾ ਪੱਤਰਕਾਰਾਂ ਲਈ ਬੱਸ ਪਾਸ ਅਤੇ ਹੋਰ ਅੱਗੇ ਮੰਗਾਂ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਸਰਕਾਰ ਦੇ ਨਾਂ 'ਤੇ ਜਲਦ ਮੰਗਲ ਪੱਤਰ ਦਿੱਤਾ ਜਾਵੇਗਾ। ਮੰਗਾਂ ਨਾ ਸੰਬੰਧਾਂ 'ਤੇ ਜ਼ੋਰਦਾਰ ਸੰਘਰਸ਼ ਉਡੀਕਿਆ ਜਾਵੇਗਾ। ਇਸ ਮੌਕੇ ਪੱਤਰਕਾਰ ਸੁਨੀਤਾ ਠਾਕਰ ਨੂੰ ਉਹਨਾਂ ਦੇ ਪਰਿਵਾਰ 'ਤੇ ਹੋਏ ਹਮਲੇ 'ਤੇ ਮੌਕੇ ਬਹਾਦਰੀ ਦਿਖਾਉਂਦਿਆਂ ਹਮਲਾਵਰਾਂ ਨੂੰ ਪੁਲਿਸ ਤੋਂ ਪੁੱਛਤਾ ਕਰਾਉਣ 'ਤੇ ਉਹਨਾਂ ਨੂੰ ਪੱਤਰਕਾਰ ਸੰਘ ਨੇ ਸਰੋਪਾ ਦੇ ਕੇ ਸਨਮਾਨਿਤ ਕੀਤਾ। ਮੀਟਿੰਗ ਰੱਖੀ, ਉਹਦੇ ਵਿੱਚ ਇਹ ਮੁੱਦਾ ਰੱਖਿਆ ਸੀ ਕਿ ਇੱਕ ਤਾਂ ਸਾਰੇ ਇਕੱਠੇ ਸੰਘ ਕੰਮ ਕਰਾਂਗੇ, ਦੂਸਰਾ ਜੇ ਵੀ ਕਿਸੇ 'ਤੇ ਅਭਿਨਵੀ ਆਏਗੀ ਅਸੀਂ ਉਹਦੇ ਨਾਲ ਇੱਕ ਜੁੱਟ ਹੋ ਕੇ ਖੜ੍ਹੇ ਹੋਵਾਂਗੇ। ਮੈਡਮ, ਜਿਹੜਾ ਤੁਹਾਡੇ ਨਾਲ ਹਮਲਾ ਹੋਇਆ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਮੈਂ ਤਾਂ ਇਹ ਸਮਝਦੀ ਹਾਂ ਕਿ ਪ੍ਰਸ਼ਾਸਨ ਦਾ ਬਹੁਤ ਵੱਡਾ ਹੱਥ ਹੈ ਇਹਦੇ ਵਿੱਚ, ਜਿਹੜਾ ਉਹਨਾਂ ਬੰਦਿਆਂ ਨੂੰ ਅੱਜ ਵੀ ਖੁੱਲ੍ਹੇ ਆਮ ਛੱਡਿਆ ਹੋਇਆ। ਇਹਦੇ ਨਾਲ ਪਤਾ ਲੱਗਦਾ ਕਿ ਪ੍ਰਸ਼ਾਸਨ ਬਹੁਤ ਜ਼ਿਆਦਾ ਗੰਦਾ ਕੰਮ ਕਰ ਰਿਹਾ, ਅਤੇ ਨਾਲ ਹੀ ਮੈਂ ਇਹ ਜ਼ਰੂਰ ਨਿਖੇਧੀ ਕਰੂੰਗੀ ਕਿ ਜੇ ਇੱਦਾਂ ਫੜਾਉਣ ਦੇ ਬਾਵਜੂਦ ਵੀ ਬੰਦਿਆਂ ਨੂੰ ਛੱਡਿਆ ਜਾਵੇ ਤਾਂ ਆਮ ਪਬਲਿਕ ਦਾ ਕੀ ਹੋਏ? ਆਉਣਾ ਪਿਆ ਤਾਂ ਮੈਂ ਹਾਈ ਕੋਰਟ ਤੱਕ ਵੀ ਜਾਵਾਂਗੀ। ਸੰਘ ਨੇ ਮੇਰੀ ਬਹੁਤ ਮਦਦ ਕੀਤੀ ਔਰ 24 ਆਵਰਸ ਮੇਰੇ ਲਈ ਖੜ੍ਹਾ ਹੈ, ਔਰ ਅੱਜ ਵੀ ਉਹ ਮੇਰੇ ਨਾਲ ਇਹ ਕਹਿੰਦਾ ਕਿ ਅਸੀਂ ਹੱਥ ਦੇ ਨਾਲ ਹੱਥ ਜੋੜ ਕੇ, ਮੋਢੇ ਦੇ ਨਾਲ ਮੋਢਾ ਜੋੜ ਕੇ ਨਾਲ ਚੱਲਾਂਗੇ। ਜਿਹੜੀ ਅੱਜ ਅਸੀਂ ਮਹੀਨਾਵਾਰ ਮੀਟਿੰਗ ਰੱਖੀ ਗਈ, ਉਸ ਵਿੱਚ ਜਿਹੜੇ ਮੁੱਦੇ ਰੱਖੇ ਗਏ ਆ, ਉਸ ਦੇ ਵਿੱਚ ਸਾਡੇ ਹੁਸ਼ਿਆਰਪੁਰ ਦੇ ਕ੍ਰਾਈਮ ਕੰਟਰੋਲ ਦੇ ਰਿਪੋਰਟਰ, ਜਿਨ੍ਹਾਂ ਦੇ ਉੱਤੇ ਕੁਝ ਸਮਾਂ ਦਿਨ ਪਹਿਲੇ ਪੰਜਾਬ ਸਰਕਾਰ ਦੇ ਉੱਚ ਨੁਮਾਇੰਦਿਆਂ ਦੇ ਵੱਡੇ ਲੀਡਰਾਂ ਦੇ ਬੇਟਿਆਂ ਨੇ ਆ ਕੇ ਉਹਨਾਂ ਦੇ ਫਾਰਮ ਹਾਊਸ 'ਤੇ ਹਮਲਾ ਕੀਤਾ। ਅਸੀਂ ਉਸ ਹਮਲੇ ਦੇ ਮੁਤਾਬਕ ਆਪਾਂ ਸਮੂਹ ਪੱਤਰਕਾਰ ਸੰਘ ਅਤੇ ਸਾਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ SSP ਜਾਂ DJP ਤੱਕ ਵੀ ਸਾਨੂੰ ਪਹੁੰਚਣ ਦੀ ਲੋੜ ਪਈ ਤਾਂ ਅਸੀਂ ਉੱਥੇ ਪਹੁੰਚਾਂਗੇ। ਜੇਕਰ ਸਾਨੂੰ ਪੰਜਾਬ ਸਰਕਾਰ ਜਾਂ SSP ਜਾਂ DJP ਨਿਆਂ ਨਹੀਂ ਦੇਗਾ ਤਾਂ ਸਾਨੂੰ ਸੜਕਾਂ 'ਤੇ ਵੀ ਬੈਠਣਾ ਪਊਗਾ, ਤਾਂ ਅਸੀਂ ਚੱਕਾ ਜੰਮ ਕਰਕੇ ਅਸੀਂ ਨਿਆਂ। ਸੰਘ ਪੰਜਾਬ ਜੋ ਹੈ ਉਹ ਪੰਜਾਬ ਵਿੱਚ ਨਹੀਂ ਬਲਕਿ ਹਰ ਸਟੇਟ, ਹਰ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਬਲੋਕ ਲੈਵਲਾਂ ਤੱਕ ਅਸੀਂ ਆਪਣੇ ਸੰਘ ਨੂੰ ਮਜ਼ਬੂਤ ਕਰਾਂਗੇ, ਅਤੇ ਮਜ਼ਬੂਤ ਕਰਨ ਤੋਂ ਬਾਅਦ ਅਸੀਂ ਜਿਹੜੇ ਸੰਘ ਦੇ ਮੈਂਬਰ ਆ ਉਹਨੂੰ ਨਾਲ ਲੈ ਕੇ ਅੱਗੇ ਪੰਜਾਬ ਸਰਕਾਰ ਤੱਕ ਪਹੁੰਚਾਂਗੇ। ਹੋਰ ਜਿਹਾ ਰਿਪੀਟ ਕਰਦਾ ਹਾਂ ਕਿ ਹਰ ਜ਼ਿਲ੍ਹੇ ਵਿੱਚ ਹਿਮਾਚਲ, ਪੰਜਾਬ, ਉੱਤਰਾਖੰਡ ਤੱਕ ਜਿੰਨੇ ਵੀ ਸਾਨੂੰ ਪ੍ਰਦੂਸ਼ਣ ਤੋਂ ਰਹਿਤ ਪੌਦੇ ਮਿਲਣਗੇ, ਉਹ ਅਸੀਂ ਮਾਨਪੁਰ ਤੋਂ ਲੈ ਕੇ ਸਾਰੇ ਡਿਸਟ੍ਰਿਕਟ, ਸਾਰੇ ਸਟੇਟਾਂ ਅਤੇ ਬਾਹਰੀਆਂ ਸਟੇਟਾਂ ਵਿੱਚ ਵੀ ਆਪਣੇ ਖਰਚੇ 'ਤੇ ਅਸੀਂ ਲਾਵਾਂਗੇ ਅਤੇ ਪ੍ਰਦੂਸ਼ਣ ਨੂੰ ਪ੍ਰਦੂਸ਼ਣ ਰਹਿਤ ਬਣਾਵਾਂਗੇ ਪੰਜਾਬ ਨੂੰ ਅਤੇ ਸਾਰੀਆਂ ਸਟੇਟਾਂ ਨਾਲ। ਮੈਨੂੰ ਬੇਨਤੀ ਆ ਕਿ ਸਾਰੀਆਂ ਸਟੇਟਾਂ ਸਾਡਾ ਸਾਥ ਦੇਣਗੀਆਂ ਅਤੇ ਅਸੀਂ ਸਮੂਹ ਸੰਘ ਪੱਤਰ ਸੰਘ ਪੰਜਾਬ ਵੱਲੋਂ ਸਾਰਿਆਂ ਨੂੰ ਆਪਣੇ ਗੱਲ ਨਾਲ ਲਾਉਣਾ ਚਾਹੁੰਦੇ ਹਾਂ। ਜੇ ਹਰਿਆਣਾ ਸਟੇਟ ਦੀ ਗੱਲ ਕਰਦੇ ਹਾਂ, ਉੱਥੇ ਆਮ ਪੱਤਰਕਾਰ ਤੋਂ ਲੈ ਕੇ ਜਿਹੜੇ ਆਫਿਸ ਦੇ ਪੱਤਰਕਾਰਾਂ ਤੱਕ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਜੋ ਪੰਜਾਬ ਸਰਕਾਰ ਦੇ ਪੱਤਰਕਾਰਾਂ ਨੂੰ ਨਹੀਂ ਮਿਲਦੀਆਂ,
ਉਹਨਾਂ ਨੂੰ ਵੀ ਇਹ ਪੰਜਾਬ ਸਰਕਾਰ 'ਤੇ ਪਹਿਲਕਦਮੀ ਦੇ ਨਾਲ ਅਸੀਂ ਉਹ ਲਾਗੂ ਕਰਾਉਣ ਦੇ ਵਿੱਚ ਕਰਾਂਗੇ ਯਤਨ ਕਰਾਂਗੇ।